ਨਮਸਕਾਰ ਦੋਸਤੋ, ਤੁਸੀਂ ਦੇਖ ਰਹੇ ਹਾਂ ਫਾਸਟਵੇ ਸੰਦੇਸ਼। ਅੱਜ ਅਸੀਂ ਪਹੁੰਚੇ ਹਾਂ ਅੱਡਾ ਜੀਵਨ ਨੰਗਲ ਦੇ ਵਿੱਚ, ਜਿੱਥੇ ਕਿ ਡੈਂਗੂ ਅਤੇ ਮਲੇਰੀਏ ਦੇ ਨਾਲ ਇੱਕ ਔਰਤ ਦੀ ਪਹਿਲਾਂ ਮੌਤ ਹੋ ਚੁੱਕੀ ਹੈ, ਪਰ ਸਰਕਾਰਾਂ ਨੇ ਅਜੇ ਤੱਕ ਗਲੀ ਨਹੀਂ ਬਣਾਈ, ਜਿੱਥੇ ਕਿ ਪਾਣੀ ਇੰਨਾ ਕੁ ਲੈਵਲ ਵੱਧ ਚੁੱਕਿਆ ਹੈ ਕਿ ਪਿੰਡ ਵਾਲਿਆਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮੇਂ ਤੋਂ ਖਰਾਬ ਹੋ ਚੁੱਕੀ ਆ, ਕਦੋਂ ਦਾ ਇੱਥੇ ਪਾਣੀ ਇੰਨਾ ਖਲੋਂਦਾ ਹੈ ਭਾਅ ਜੀ? ਪਤਾ ਨਹੀਂ, ਇੱਥੇ ਤਾਂ 20-25 ਸਾਲ ਹੋ ਗਏ ਸਾਡੇ ਵਿਆਹ ਨੂੰ, ਠੀਕ ਹੈ ਜੀ। ਇੱਥੇ ਤਾਂ ਪਤਾ ਨਹੀਂ ਕਿੰਨੀਆਂ ਕੁ ਪਾਣੀ ਦੇ ਕਾਰਨ ਮੌਤਾਂ ਵੀ ਹੋ ਚੁੱਕੀਆਂ ਨੇ ਜੀ ਜੀ। ਆਹ ਨਿੱਕੇ ਨਿੱਕੇ ਜਵਾਕ ਹੈ, ਉੱਧਰ ਝਾਤੀ ਮਾਰ ਲਓ, ਇੱਧਰ ਮਾਰ ਲਓ, ਆਹ ਬੁੱਢੀਆਂ ਮਾਈਆਂ ਨੇ, ਆਹ ਅਸੀਂ ਨਿੱਕੇ ਨਿੱਕੇ ਜਵਾਕ ਲੈ ਕੇ ਲੰਘਦੇ ਹਾਂ 5-6 ਵਾਰੀ ਤਾਂ ਉੱਥੇ ਅਸੀਂ ਆਪ ਖੁਦ ਡਿੱਗ ਗਏ ਹਾਂ ਜੀ, ਠੀਕ ਹੈ ਜੀ। ਬੱਚੇ ਜਿੰਨੀ ਵਾਰੀ ਸਕੂਲ ਜਾਂਦੇ ਆ ਓਨੀ ਵਾਰੀ ਕਿਸੇ ਦੀ ਵਰਦੀ ਲਿਬੜੀ ਹੁੰਦੀ ਹੈ, ਕਿਸੇ ਦੇ ਬੂਟ ਭਿੱਜੇ ਹੁੰਦੇ ਆ ਜੀ, ਤੇ ਸਰਕਾਰ ਸੁੱਤੀ ਪਈ ਹੈ ਜੀ। ਜਿੰਨੀ ਵਾਰੀ ਵੀ ਇੱਥੇ ਕੋਈ ਸਰਪੰਚ ਬਣਿਆ, ਕਿਸੇ ਨੇ ਵੀ ਪਾਣੀ ਦਾ ਵਿਕਾਸ ਨਹੀਂ ਕੀਤਾ। ਅੱਛਾ ਭੈਣ ਜੀ, ਤੁਹਾਡੇ ਪਿੰਡ ਦੀ ਕਾਫੀ ਦੱਸਿਆ ਜਾਂਦਾ ਕਿ ਪੰਚਾਇਤੀ ਪਹਿਲੀ ਵੀ ਕਾਫੀ ਆ ਔਰ ਠੇਕਾ ਵੀ ਕਾਫੀ ਆਉਂਦਾ, ਉਹਦੇ ਵਿੱਚ ਵੀ ਨਹੀਂ ਕਦੀ ਕੀਤਾ ਕਿਸੇ ਨੇ ਕੋਈ ਸਰਪੰਚ ਨੇ? ਨਹੀਂ ਨਹੀਂ ਨਹੀਂ, ਸਾਡੇ ਪਿੰਡ ਦੀ ਪਹਿਲੀ ਪੰਚਾਇਤੀ ਜਿੰਨੀ ਵੀ ਹੈਗੀ ਆ ਨਾ, ਸਾਨੂੰ ਕਿਸੇ ਦਾ ਨਹੀਂ ਪਤਾ ਹੈਗਾ, ਠੀਕ ਹੈ ਜੀ। ਸਾਡਾ ਜਦ ਪਿੰਡ ਦਾ ਵਿਕਾਸ ਹੀ ਨਹੀਂ ਕਿਸੇ ਨੇ ਕੀਤਾ ਹੈਗਾ ਜੀ, ਠੀਕ ਹੈ ਨਾ, ਨਾ ਇੱਥੇ ਕਿਸੇ ਨੇ ਪਾਣੀ ਕੱਢਿਆ ਜੀ, ਸੜਕਾਂ ਤਾਂ ਬਣਾਉਣੀਆਂ ਬਹੁਤ ਦੂਰ ਦੀ ਗੱਲ ਹੈ, ਪਾਣੀ ਦਾ ਨਿਕਾਸ ਨਹੀਂ ਹੋਇਆ ਹੈਗਾ, ਬੱਚੇ ਸਕੂਲ ਜਾਣ ਤੋਂ ਤੰਗ ਬੈਠੇ ਆ, ਮਰੀਜ਼ ਘਰ ਦਵਾਈ ਲੈਣ ਤੋਂ ਬੈਠੇ ਆ, ਇਹ ਅਸੀਂ ਹੁਣ ਛੋਟੇ ਛੋਟੇ ਜਵਾਕਾਂ ਨੂੰ ਲੈ ਕੇ ਰਿਸ਼ਤੇਦਾਰਾਂ ਦੇ ਜਾਣ ਤੋਂ ਵੀ ਬੈਠੇ ਹੋਏ ਆ, ਤੇ ਇੱਥੋਂ ਦਾ ਪਾਣੀ ਦਾ ਨਿਕਾਸ ਹੋਣਾ ਚਾਹੀਦਾ, ਠੀਕ ਹੈ ਜੀ। ਹਾਂਜੀ, ਸਰਕਾਰ ਸੁੱਤੀ ਪਈ ਹੈ। ਅੱਛਾ ਭਾਜੀ, ਦੀ ਵਾਰੀ ਤਾਂ ਸਰਪੰਚ ਸਾਹਿਬ ਆ ਜਾਂਦੇ ਭੱਜੇ ਨਸੇ, ਮਹਿਫਲਾਂ ਬਣਾ ਕੇ ਸਾਰੇ ਹੀ, ਠੀਕ ਹੈ ਜੀ, ਤੇ ਨਾਲੀਆਂ ਦਾ ਪਾਣੀ ਦਾ ਵਿਕਾਸ ਵੇਖਣ ਕੋਈ ਨਹੀਂ ਆਇਆ, ਸਰਪੰਚ ਤਾਂ ਸਾਰੇ ਸੁੱਤੇ ਪਏ, ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਹੈਗੀ ਜੀ। ਹਾਂਜੀ, ਨਹੀਂ ਤੁਸੀਂ ਕਦੀ ਉਹਨਾਂ ਨੂੰ ਸਰਪੰਚ ਸਾਹਿਬ ਹੈ ਜਿਵੇਂ ਕਿ ਜਿਵੇਂ ਕੋਈ ਕੋਈ ਸੈਕਟਰੀ ਆ ਤੁਹਾਡੇ ਇੱਥੋਂ ਦਾ ਕੋਈ ਹਨਾ ਗਲੀਆਂ ਦਾ, ਔਰ ਉਹਨਾਂ ਨੇ ਕੋਈ ਗੱਲਬਾਤ ਕੀਤੀ? ਉਹ ਹੋ ਗਏ ਤੁਰ ਜਾਂਦੇ ਭਾਜੀ, ਗਲੀ 'ਚ ਵੜਦੇ ਨਹੀਂ ਗਏ, ਤੇ ਉਹਨਾਂ ਨੇ ਵੀ ਕਿਹਾ ਕਿ ਪਾਣੀ ਦਾ ਨਿਕਾਸ ਹੋਏਗਾ। ਰੰਧਾਵਾ ਸਾਹਿਬ ਨੇ ਵੀ ਕੋਈ ਵਿਕਾਸ ਨਹੀਂ ਕੀਤਾ ਹੈਗਾ, ਜਿੰਨੇ ਵੀ ਸਰਪੰਚ ਆਉਂਦੇ ਆ ਵੋਟਾਂ ਲੈਣ ਵਾਰੀ ਆਣ ਕੇ ਟੋਲਿਆਂ ਦੇ ਟੋਲੇ ਆ ਜਾਂਦੇ ਆ, ਤੁਹਾਡਾ ਕੰਮ ਹੋ ਜਾਏਗਾ, 4-5 ਲੱਖ ਰੁਪਏ ਲਾ ਕੇ ਜਾਂ 10 ਲੱਖ ਲੱਗੇਗਾ ਤੁਹਾਡਾ, 50 ਕਿੱਲੇ ਪੈਲੀ ਸਾਡੇ ਪਿੰਡ ਦੀ ਸਰਕਾਰੀ ਪੈਲੀ, ਤੁਹਾਨੂੰ ਮਤਲਬ ਕਿ ਗ੍ਰਾਂਟ ਭਾਵੇਂ ਨਾ ਹੀ ਆਇਆ, ਉਹਨੂੰ ਪੈਸਾ ਹੀ ਬਹੁਤ ਆ, ਪਰ ਪੈਸਾ ਜਾਂਦਾ ਕਿਤੇ ਪਤਾ ਹੀ ਕੋਈ ਨਹੀਂ। ਹੁਣ ਤੁਸੀਂ ਭਾਜੀ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ? ਅਸੀਂ ਉਹ ਕਹਿੰਦੇ ਵੀ ਸਾਡਾ ਵਿਕਾਸ ਕੀਤਾ ਜਾਏ, ਸਾਡਾ ਪਾਣੀ ਦਾ ਵਿਕਾਸ, ਵੇਖੋ ਥੱਲੇ ਕਿੰਨੀ ਗੰਦਗੀ ਹੈ। ਤੇ ਭਾਜੀ ਇਹ ਜਿਹੜੀ ਕੀ ਨਾਲੇ ਦੇ ਇੱਥੇ ਬਲੋਕਜ ਹੋ ਜਾਂਦੀ ਆ ਪਾਣੀ ਦੀ, ਕੀ ਕਾਰਨ ਆ ਕਿ ਕੀ ਛੱਪੜ ਨੂੰ ਲੱਗਦਾ ਚਾਹੇ ਨਾਲਾ ਚਾਹੇ ਨਹੀਂ ਲੱਗਦਾ? ਭਾਜੀ ਕਿਤੇ ਛੱਪੜ ਨੂੰ ਨਹੀਂ ਲੱਗਦਾ, ਜਾ ਕੇ ਬਾਹਰ ਕਿਤੇ ਕੱਢਣਾ ਪੈਣਾ ਚਾਹੇ ਸੱਕੀ ਵੱਲੋਂ, ਚਾਹੇ ਕਿਤੇ ਪੈਸਾ ਲਾ ਕੇ ਨਹੀਂ ਕੋਈ ਖੁਸ਼ ਹੈਗਾ ਜੀ, ਪੈਸਾ ਲਾ ਕੇ ਨਹੀਂ ਕੋਈ ਖੁਸ਼ ਹੈ, ਪੈਸਾ ਹੀ ਬਹੁਤ ਆ, ਪੈਸਾ ਯਾਨੀ ਕਿ ਪੈਸਾ ਨਹੀਂ ਆ ਸਾਡਾ ਕੱਲਾ, ਮਤਲਬ ਕਿ ਜ਼ਮੀਨ ਦਾ ਪੈਸਾ ਨਹੀਂ ਮੁੱਕਦਾ ਸਰਕਾਰੀ ਜ਼ਮੀਨ ਦਾ, ਪਰ ਪੈਸਾ ਲਾ ਕੇ ਨਹੀਂ ਕੋਈ ਖੁਸ਼ ਹੈ, ਠੀਕ ਹੈ ਜੀ। ਸਰਪੰਚ ਕਹਿੰਦੇ ਨੇ ਅਸੀਂ ਜਮ੍ਹਾਂ ਕਰਾਤਾ, ਉਹ ਕਹਿੰਦੇ ਨੇ ਅਸੀਂ ਉੱਥੇ ਕਰਾਤਾ, ਉੱਥੇ ਕਰਾਤਾ, ਕੋਈ ਪਤਾ ਹੀ ਨਹੀਂ। ਇਹ ਰੰਧਾਵਾ ਸਾਹਿਬ ਦੇ ਤੇ ਆਹ ਵੇਖੋ ਪਿੰਡ ਹੈ, ਇਹ ਕਿਹੜਾ ਕੋਈ ਦੂਰ ਦਾ ਪਿੰਡ ਹੈ, ਰੋਡ ਦੇ ਉੱਤੇ ਹਾਈਵੇ ਰੋਡ ਦੇ ਉੱਤੇ ਪਿੰਡ ਹੈ, ਜੇ ਹਾਈਵੇ ਰੋਡ ਦੇ ਪਿੰਡ ਦੀ ਨਿਕਾਸ ਨਹੀਂ ਹੈਗਾ ਤੇ ਬਾਕੀ ਪਿੰਡਾਂ ਦਾ ਅਸੀਂ ਕੀ ਕਰੀਏ, ਠੀਕ ਹੈ ਨਾ ਜੀ। ਸਵੇਰੇ ਸਕੂਲੇ ਜਾਂਦੇ ਆ, ਰੰਧਾਵਾ ਸਾਹਿਬ ਆਸੇ ਪਾਸੇ ਪਿੰਡਾਂ ਦੀ ਵਰਦੀ ਖਰਾਬ ਹੁੰਦੀ, ਫਿਰ ਦੁਬਾਰਾ ਨਵਾਈ ਦਾ ਧਵਾਈ ਦਾ ਫਿਰ ਸਕੂਲੇ ਕਢਾਈ ਦਾ, ਆ ਵੇਖੋ ਗੰਦਗੀ ਕਿੰਨੀ, ਮੱਛਰ ਕਿੰਨਾ ਮੋਟਾ ਹੈ, ਤੁਹਾਡੀ ਮਾਤਾ ਵੀ ਇਦਾਂ ਹੀ ਪੂਰੀ ਹੋ ਗਈ ਹੈ। ਅੱਛਾ ਜੀ, ਇਦਾਂ ਮੈਂ ਡੇਂਗੂਣਾ ਮਾਤਾ ਪੂਰੀ ਹੋ ਗਈ, ਕੋਈ ਹੈ ਕੋਈ ਚਾਚਾ ਜੀ ਪੂਰੇ ਹੋ ਗਏ, ਕਿੰਨੇ ਸਾਡੇ ਜਾਣੀ ਕਿ ਇਸ ਗਲੀ ਦੇ ਵਿੱਚੋਂ ਕਿੰਨੇ ਜੀ ਇਸ ਪਾਣੀ ਕਾਰਨ ਪੂਰੇ ਹੋਏ ਜੇ, ਆਹ ਹੁਣ ਨਿੱਕੇ ਨਿੱਕੇ ਜਵਾਕ ਹੈ, ਸਕੂਲ ਜਾਣ ਤੋਂ ਬੈਠੇ ਹੈ, ਕੋਈ ਦਵਾਈ ਲੈਣ ਤੋਂ ਬੈਠਾ ਹੈ ਜੀ, ਹਾਂਜੀ ਬਾਹਰ ਨਹੀਂ ਜਾ। ਅੱਛਾ ਮਾਤਾ ਜੀ, ਕੀ ਕਹਿਣਾ ਚਾਹੋਗੇ ਜਿਹੜਾ ਤੁਹਾਡੇ ਇੱਥੇ ਗਲੀਆਂ ਦਾ, ਤੁਸੀਂ ਬਜ਼ੁਰਗ ਪੁਰਾਣੇ, ਤੁਹਾਨੂੰ ਪਤਾ ਹੀ ਹੋਊਗਾ ਕਿੰਨੇ ਸਾਲ ਤੋਂ ਪਿੰਡ ਦੇ ਵਿੱਚ ਗੰਦ ਪਿਆ ਹੋਇਆ ਆ, ਗਲੀਆਂ ਨਾਲੀਆਂ 'ਚ ਵਿੱਚ ਪਾਣੀ ਬਲੋਕਜ ਹੋਇਆ ਪਿਆ ਆ, ਲੰਘਣਾ ਦਿੱਕਤਾਂ ਪਰੇਸ਼ਾਨੀਆਂ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਦਿਨ ਰਾਤ, ਕੀ ਕਹਿਣਾ ਚਾਹੋਗੇ? ਇਹ ਵੀ ਇਹੋ ਜਿਹੀ ਹੁੰਦੇ ਐਂ ਵਹਿੰਦੇ ਹੀ ਇਹ ਵਾ, ਜੇ ਕੋਈ ਨਾਲਾ ਹੋਏ ਤਾਂ ਵੀ ਫਿਰ ਮੁੜ ਕੇ ਬੰਦ ਹੋ ਜਾਂਦਾ, ਮੁੜ ਕੇ ਘਰ ਛੱਡਦੇ ਨੇ, ਕਿਤੇ ਥਾਂ ਸੁੱਟਣ ਕਿਸੇ ਜਿੱਥੋਂ ਕੋਈ ਬੰਦ ਨਾ ਹੋਏ, ਅਤੇ ਨਿਆਣੇ ਨੇ ਨਿੱਕੇ ਨਿੱਕੇ ਇਹਨਾਂ ਨੂੰ ਲੈ ਕੇ ਜਾਈਏ, ਡਿੱਗ ਪਈ ਦਾ ਰਾਹ 'ਚ, ਅੱਗੋਂ ਅੱਖਾਂ ਤੋਂ ਲੱਭਦਾ ਨਹੀਂ ਇੰਨਾ,
ਇਹਨਾਂ ਨੂੰ ਚਾਹੀਦਾ ਸਰਕਾਰਾਂ ਆ ਜਾਂਦੀਆਂ ਨੇ, ਪੋਚੇ ਪਾਉਂਦੀਆਂ ਨੇ, ਅਸੀਂ ਬਣਾਵਾਂਗੇ, ਸਭੋ ਕੁਝ ਤੁਹਾਡਾ ਕਰਾਂਗੇ, ਕੋਈ ਵੀ ਨਹੀਂ। ਤੁਸੀਂ ਸਰਕਾਰ ਕੋਲੋਂ ਕੀ ਮੰਗ ਜਾਓਗੇ? ਅਸੀਂ ਮੰਗੇ ਉਹ ਬੱਚਿਆਂ ਦੀ ਰਾਹ ਚਾਹੀਦਾ ਸਾਨੂੰ, ਪਾਣੀ ਪਾਣੀ ਸੁੱਕਾ ਚਾਹੀਦਾ, ਨੌਕਰੀਆਂ ਮੰਗਦੇ ਪਏ, ਰਸਤਾ ਬਣਨਾ ਚਾਹੀਦਾ ਜੀ, ਬਿਲਕੁਲ ਜੀ, ਆਂਟੀ ਜੀ ਨੇ ਵਿਕਾਸ ਹੋਣਾ ਚਾਹੀਦਾ, ਅਸੀਂ ਕਿਸੇ ਕੋਲ ਨੌਕਰੀ ਨਹੀਂ ਮੰਗਦੇ ਪਏ ਹੈਗੇ, ਠੀਕ ਹੈ ਜੀ, ਦਾਣੇ ਦੇਣੇ ਆ ਸਰਕਾਰ ਦੀ ਖੁਸ਼ੀ ਹੈ, ਨਹੀਂ ਦੇਣੇ ਗਰੀਬਾਂ ਨੂੰ ਨਾ ਦੇਣ, ਪਰ ਪਾਣੀ ਦਾ ਵਿਕਾਸ ਕੀਤਾ ਜਾਵੇ, ਠੀਕ ਹੈ ਜੀ। ਹਾਂਜੀ ਧੰਨਵਾਦ ਜੀ। ਤੇਰੇ ਬੱਚਿਆਂ ਸਕੂਲ ਵੀ ਜਾਣਾ ਹੁੰਦਾ ਵਾ, ਔਰ ਕੋਈ ਰਿਸ਼ਤੇਦਾਰ ਵੀ ਆਉਂਦੇ ਆ, ਉਹ ਵੀ ਵੇਖ ਕੇ ਰਸਤੇ 'ਚ ਨਿਕਲ ਜਾਂਦੇ ਹੋਣੇ ਵੀ ਆ ਕੀ ਕਿੱਧਰੋਂ ਦੀ ਨੰਗੇ ਬੰਦਾ। ਮੇਰੇ ਖਿਆਲ ਤਾਂ ਸ਼ਾਇਦ ਕੋਈ ਬੰਦਾ ਹੋਏ ਹੀ ਨਾ ਜਿਹਨੂੰ ਨਹੀਂ ਦੱਸਿਆ। ਜੀ 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 ਹਰ ਕੋਲ ਤਾਂ ਪਹੁੰਚੀ ਰਿਪੋਰਟ ਹੈ ਜੀ। ਹਾਂਜੀ ਹੁਣ ਨਾ ਕੋਈ ਕੰਮ ਕਰੇ ਤਾਂ ਕੀ ਕਰ ਸਕਦੇ ਹਾਂ? ਠੀਕ ਹਾਂਜੀ, ਹੁਣ ਜ਼ਿਆਦਾ ਵੀ ਲੋਕਾਂ ਦੇ ਬਿਮਾਰੀ ਦਾ ਡਰ ਬਹੁਤ ਜ਼ਿਆਦਾ ਬੱਚਿਆਂ ਨੂੰ ਬਹੁਤ ਮੁਸ਼ਕਿਲ ਆਉਣ ਡੀ ਆ ਜੀ, ਇਹਦੇ ਕਰਕੇ ਉਹਨੂੰ ਪਤਾ ਚੱਲਦਾ ਕਿ ਕੀ ਨਾ ਲੈਂਦੇ ਇੱਥੇ ਗਲੀ ਦੇ ਵਿੱਚ ਆ ਵੀਰੇ ਦੀ ਮੰਮਾ ਵਾ ਅਤੇ ਉਹਨਾਂ ਦੀ ਵੀ ਡੈਂਗੂ ਦੇ ਨਾਲ ਇੱਥੇ ਗਲੀ ਦੇ ਕਾਰਨ ਹੀ ਡੈਥ ਹੋ ਗਈ। ਹਾਂਜੀ ਉਹਨੇ ਡੈਥ ਹੋ ਗਈ ਹੈ। ਹਾਂਜੀ ਹੁਣ ਇਹ ਵੇਖੋ ਤੁਸੀਂ ਹਾਲ ਵੇਖੋ ਇਹਦਾ ਪਾਣੀ ਦਾ, ਤੁਸੀਂ ਮਤਲਬ ਇੱਥੋਂ ਲੰਘਣਾ ਬਹੁਤ ਮੁਸ਼ਕਿਲ ਹੈ ਬੱਚਿਆਂ ਵਾਸਤੇ, ਜਨਾਨੀਆਂ ਵਾਸਤੇ, ਬਜ਼ੁਰਗਾਂ ਵਾਸਤੇ, ਬਹੁਤ ਹੀ ਮੁਸ਼ਕਿਲ ਹੈ ਇੱਥੇ। ਹਾਂਜੀ ਜੀ, ਅਤੇ ਇੱਥੇ ਲੋਕਾਂ ਦੇ ਘਰ ਪ੍ਰਾਹੁਣੇ ਹੋਣੇ ਬੰਦ ਹੋ ਗਏ, ਲੋਕਾਂ ਦੇ ਰਿਸ਼ਤੇ ਨਹੀਂ ਆਉਂਦੇ ਇੱਥੇ ਲੰਘਣ ਵਾਸਤੇ। ਹਾਂਜੀ ਉਹ ਵੇਖ ਕੇ ਬਾਹਰੋਂ ਚੱਲ ਜਾਂਦੇ ਵਾਸਤੇ ਵੀ ਇੱਥੇ ਅਸੀਂ ਰਿਸ਼ਤਾ ਨਹੀਂ ਕਰਨਾ। ਹਾਂਜੀ ਬਹੁਤ ਜ਼ਿਆਦਾ ਮੁਸ਼ਕਿਲ ਹੈ ਪਿੰਡ 'ਚ ਇਹ ਜੀ। ਹਾਂਜੀ ਅਤੇ ਅਸੀਂ ਤਾਂ ਮਤਲਬ ਮੰਗ ਕਰਦੇ ਹਾਂ ਵੀ ਸਾਡਾ ਇਹ ਮਸਲਾ ਹੱਲ ਕਰ ਦਿਆ ਬਈ। ਠੀਕ ਹੈ, ਧੰਨਵਾਦ ਜੀ।